ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਗਰਵਾਣੀ ਦੀ ਪੰਕਤੀ ਹੈ ਉਹਦੇ ਵਿੱਚ ਧੰਗੁਰ ਅਰਜਨ ਦੇਵ ਮਹਾਰਾਜ ਜਿਹੜੇ ਆ ਸਾਨੂੰ ਦੱਸਦੇ ਆ ਕਿ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਚ ਹੁਣ ਉਹਦੇ ਵਿੱਚ ਜਿਹੜੇ ਭੂਤ ਪ੍ਰੇਤ ਉਹਨਾਂ ਦੀ ਗਿਣਤੀ ਕਈ ਕੋਟ ਕਈ ਕਰੋੜਾਂ ਚ ਦੱਸੀ ਹੈਗੀ ਨਾ 10 ਨਾ 20 ਨਾ ਹਜ਼ਾਰ ਨਾ ਸੈਂਕੜੇ ਕਈ ਕੋਟ ਕਰੋੜਾਂ ਚ ਗਿਣਤੀ ਸੋ ਇਹ ਗਣਿਤਿਕ ਰੋਣਾ ਵਿੱਚ ਹੁੰਦਿਆਂ ਹੋਇਆਂ ਵੀ ਸਾਨੂੰ ਨਜ਼ਰ ਕਿਉਂ ਨਹੀਂ ਆਉਂਦੀ ਇਹਦੇ ਬਾਰੇ ਮਹਾਪੁਰਖ ਦੱਸਦੇ ਆ ਕਿ ਜਿਵੇਂ ਹਵਾ ਦੇ ਵਿੱਚ ਧੂੜ ਦੇ ਕਣਕੇ ਹੁੰਦੇ ਆ ਇਹ ਜਿਹੜੇ ਧੂੜ ਦੇ ਕਣਕੇ ਸਾਨੂੰ ਨਜ਼ਰ ਨਹੀਂ ਆਉਂਦੇ ਪਰ ਕਈ ਵਾਰੀ ਆਪਾਂ ਦੇਖਦੇ ਆ ਕਿ ਕਮਰੇ ਦੇ ਅੰਦਰ ਪੁਰਾਣੇ ਜਿਹੜੇ ਕਮਰੇ ਹੁੰਦੇ ਸੀ ਉਹਨਾਂ ਦੇ ਵਿੱਚ ਮੋਗੇ ਰੱਖੇ ਹੁੰਦੇ ਸੀ ਹਵਾ ਨਿਕਲਣ ਵਾਸਤੇ ਉਸ ਬਰੀਕ ਮੂਗਿਆਂ ਦੇ ਵਿੱਚੋਂ ਜਦੋਂ ਕਿਤੇ ਸੂਰਜ ਦੀ ਰੋਸ਼ਨੀ ਆਉਂਦੀ ਸੀ ਤੇ ਸੂਰਜ ਦੀ ਰੋਸ਼ਨੀ ਦੇ ਵਿੱਚ ਜਿਹੜੇ ਸਿਗੇ ਉਹ ਆਪਾਂ ਦੇਖਦੇ ਹਾਂ ਕਿ ਕਮਰੇ ਮਕਾਨ ਦੇ ਅੰਦਰ ਸਾਨੂੰ ਇਹ ਧੂੜ ਦੇ ਕਿਣਕੇ ਉੜਦੇ ਨਜ਼ਰ ਆਉਂਦੇ ਆ ਤੇ ਇਸ ਤਰ੍ਹਾਂ ਜਿਵੇਂ ਤੇ ਧੂੜ ਦੇ ਕਿਣਕੇ ਇਹਨਾਂ ਦੀ ਗਿਣਤੀ ਵੀ ਅਸੰਖਾ ਹੈਗੀ ਆ ਇਸੇ ਤਰ੍ਹਾਂ ਜਿਹੜੇ ਭੂਤ ਪ੍ਰੇਤ ਆ ਇਹਨਾਂ ਦੀ ਗਿਣਤੀ ਵੀ ਕਰੋੜਾਂ ਦੇ ਹਿਸਾਬ ਦੇ ਵਿੱਚ ਹੈ ਲੇਕਿਨ ਇਹਨਾਂ ਦੀ ਜਿਹੜੀ ਹੋਂਦ ਹੈਗੀ ਆ ਉਹ ਜਿਹੜਾ ਧੂੜ ਦਾ ਕਿਣਕਾ ਹੈਗਾ ਉਸ ਧੂੜ ਦੇ ਕਿਣਕੇ ਦਾ ਛੇਵਾਂ ਹਿੱਸਾ ਇਹ ਪ੍ਰੇਤਾਂ ਦੀ ਰੂਹ ਹੁੰਦੀ ਆ ਇਸ ਕਰਕੇ ਨੂੰ ਆਮ ਤੌਰ ਤੇ ਅਸੀਂ ਹਵਾ ਆਖ ਦਿੰਦੇ ਆ ਕਿ ਭਾਈ ਫਲਾਨੇ ਬੰਦੇ ਨੂੰ ਖਵਾ ਲੱਗ ਗਈ ਆ ਸੋ ਕਹਿਣ ਤੋਂ ਭਾਵ ਇਹ ਆ ਕਿ ਉਹਨਾਂ ਨੂੰ ਆਤਮਾਾਂ ਜਿਹੜੀਆਂ ਹਨ ਉਹ ਉਹਨਾਂ ਦਾ ਅਸਰ ਜਿਹੜਾ ਹੁੰਦਾ ਉਹ ਪਾਸ ਦਾ ਹੈ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੱਸਦੇ ਸੀਗੇ ਕਿ ਕਈਆਂ ਨੂੰ ਜਿਹੜੀਆਂ ਹੈਗੀਆਂ ਉਹ ਐਸੀਆਂ ਆਤਮਾਾਂ ਉਹਨਾਂ ਦੇ ਆਲੇ ਦੁਆਲੇ ਮਡਰੌਣੀਆਂ ਰਹਿੰਦੀਆਂ ਹੈਗੀਆਂ ਆਤਮਾ ਮਡਰੋਂ ਦਾ ਅਸਰ ਹੁਣ ਤੇ ਇਹ ਹੁੰਦਾ ਹੈਗਾ ਕਿ ਉਹ ਇਹਨਾਂ ਆਤਮਾ ਨੂੰ ਹੀ ਜਾਨੀ ਜਾਂ ਤਾਂ ਫਿਰ ਦੇਵ ਲੋਕ ਆਖ ਦਿੰਦੇ ਆ ਤੇ ਜਾਂ ਆਪਣੇ ਗੁਰੂ ਪੀਰ ਕਹਿ ਕੇ ਜਿਹੜੇ ਉਹ ਦੱਸ ਦਿੰਦੇ ਆ ਕਿਉਂਕਿ ਉਹ ਆਤਮਾ ਇਹਨਾਂ ਦੇ ਨਾਲ ਵਲਸ਼ਲ ਕਰਦੀਆਂ ਹੈਗੀਆਂ ਪਰ ਅਸਲ ਦੇ ਵਿੱਚ ਉਹ ਵੀ ਜਿਹੜੇ ਹਨ ਭੂਤ ਪ੍ਰੇਤ ਹੁੰਦੇ ਆ ਜਿਹੜੇ ਉਸ ਆਦਮੀ ਦਾ ਜਿਹੜਾ ਬ੍ਰੇਨ ਆ ਉਸ ਨੂੰ ਕਾਬੂ ਕਰਕੇ ਆਪਣੇ ਵਿੱਚ ਤੇ ਆਪਣੀ ਫਿਰ ਜਿਹੜੀ ਆ ਉਹਨਾਂ ਦੀ ਮਰਜ਼ੀ ਆ ਉਹਦੇ ਅਨਸਾਰ ਉਸ ਆਦਮੀ ਨੂੰ ਚਲਾਉਂਦੇ ਆ ਆਦਮੀ ਫਿਰ ਜਿਹੜਾ ਹੈਗਾ ਜਿਹੜਾ ਇਹਨਾਂ ਆਤਮਾ ਮਦੇ ਵਸੇ ਆ ਜਾਂਦਾ ਤੇ ਜਿਵੇਂ ਆਤਮਾ ਬੁਲਾਉਂਦੀ ਉਸ ਤਰ੍ਹਾਂ ਹੀ ਬੋਲਦੇ ਆ ਪਰ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜੀ ਆਤਮਾ ਮਾ ਭੂਤਾਂ ਪ੍ਰੇਤਾਂ ਦੀ ਹੈਗੀ ਆ ਇਹ ਆ ਉਹ ਨਾਂ ਜੁਨੀਆਂ ਦੇ ਵਿੱਚ ਉਹ ਆਦਮੀ ਆਉਂਦੇ ਆ ਜਿਹੜੇ ਸੰਸਾਰ ਦੇ ਵਿੱਚ ਜਦ ਮਨੁੱਖਾ ਦੇਹੀ 'ਚ ਹੁੰਦੇ ਆ ਤੇ ਉਹ ਕੁਝ ਐਸੇ ਨੀਚ ਕਰਮ ਕਰ ਜਾਂਦੇ ਆ ਤੇ ਉਹਨਾਂ ਨੀਚ ਕਰਮਾਂ ਕਰਕੇ ਉਹਨਾਂ ਨੂੰ ਬਖਸ਼ਾ ਨਹੀਂ ਦਾਨ ਜਾਂਦਾ ਤੇ ਇਸ ਕਰਕੇ ਜਿਹੜੀ ਭੂਤ ਪ੍ਰੇਤਾਂ ਦੀ ਨੀਚ ਜੁਨੀ ਆ ਇਸ ਜੁਨੀ ਦੇ ਵਿੱਚ ਇਹਨਾਂ ਨੂੰ ਪਾ ਦਿੱਤਾ ਜਾਂਦਾ ਹੈ ਤੇ ਫਿਰ ਜਿਹੜੇ ਆ ਇਹ ਲੋਕੀ ਜਿਹੜੇ ਆ ਇਸ ਜੁਨੀ ਦੇ ਵਿੱਚ ਭੂਤ ਪ੍ਰੇਤ ਬਣ ਕੇ ਭਟਕਦੇ ਰਹਿੰਦੇ ਆ ਇਸ ਕਰਕੇ ਗਰਬਾਣੀ ਲਿਖੇ ਕਈ ਕੁਟ ਭੂਤ ਬ੍ਰੇਤ ਸੂਕਰ ਸੂਕਰ ਤੋਂ ਭਾਵ ਹੁੰਦਾ ਹੈ ਗੰਦ ਖਾਣ ਵਾਲੇ ਇਹਨਾਂ ਦੀ ਜਿਹੜੀ ਖਰਾਕ ਉਹ ਵਿਸ਼ਟਾ ਹੈ ਤੇ ਮਰਗਾਜ ਮਰਗਾਜ ਦਾ ਮਤਲਬ ਹੁੰਦਾ ਹੈਗਾ ਕਿ ਇਹ ਜਿਹੜੀਆਂ ਰੂਹਾਂ ਹੈਗੀਆਂ ਜਿਵੇਂ ਮਿਰਗ ਹੈਗਾ ਮਿਰਗ ਦੇ ਨਾਭੀ 'ਚ ਇੱਕ ਕਸਤੂਰੀ ਹੁੰਦੀ ਹੈ ਤੇ ਕਸਤੂਰੀ ਜਿਹੜੀ ਉਹਨੂੰ ਪ੍ਰਾਪਤ ਨਹੀਂ ਹੁੰਦੀ ਤੇ ਉਹ ਕਸਤੂਰੀ ਦੀ ਖੁਸ਼ਬੂ ਜਿਹੜੀ ਹੈ ਉਹ ਮਾਨਣਾ ਚਾਹੁੰਦਾ ਪਚਹਾੜੀਆਂ 'ਚ ਮੂੰਹ ਮਾਰ ਕੇ ਦਿਲ ਭਟਕਦਾ ਰਹਿੰਦਾ ਹੈ ਇਸੇ ਤਰ੍ਹਾਂ ਇਹ ਜਿਹੜੇ ਪ੍ਰੇਤ ਵਾ ਇਹਨਾਂ ਨੂੰ ਸ਼ਾਂਤੀ ਕਦੀ ਨਸੀਬ ਨਹੀਂ ਹੁੰਦੀ ਤੇ ਇਹਨਾਂ ਦੀ ਜਿਹੜੀ ਪਟਕਣਾ ਹੈਗੀ ਆ ਉਹ ਹਮੇਸ਼ਾ ਦਿਨ ਰਾਤ ਜਿਹੜੇ ਲੋਕੀਂ ਪਟਕਦੇ ਆ ਔਰ ਖਾਸ ਕਰਕੇ ਰਾਤ ਨੂੰ ਇਹਨਾਂ ਦੀ ਜਿਹੜੀ ਪਟਕਣਾ ਹੈਗੀ ਉਹ ਬਹੁਤ ਵੱਧ ਜਾਂਦੀ ਹੈ ਇਹਨਾਂ ਨੂੰ ਟਿਕਾ ਨਹੀਂ ਆਉਂਦਾ ਹੈ ਕਿਉਂ ਕਿਉਂਕਿ ਆਪਣੀ ਮਰਜ਼ੀ ਨਾਲ ਖਾ ਨਹੀਂ ਸਕਦੇ ਬੈਠ ਨਹੀਂ ਸਕਦੇ ਕੋਈ ਚੀਜ਼ ਕਰ ਨਹੀਂ ਸਕਦੇ ਗਰਵਾਣੀ ਸੁਣ ਨਹੀਂ ਸਕਦੇ ਕਿਉਂਕਿ ਇਹਨਾਂ ਦੇ ਅੰਦਰ ਜਿਹੜਾ ਅਗਨੀ ਤੱਤ ਉਹ ਅਗਨੀ ਤੱਤ ਜਿਹੜਾ ਹੁੰਦਾ ਉਹ ਬਹੁਤ ਜ਼ਿਆਦਾ ਹੁੰਦਾ ਜਿਸ ਕਰਕੇ ਮਾੜੀ ਜੇ ਗੱਲ ਦੇ ਪਿੱਛੇ ਇਹਨਾਂ ਨੂੰ ਅੰਦਰ ਜਿਹੜੀ ਤਪਸ਼ ਲੱਗੀ ਰਹਿੰਦੀ ਆ ਤੇ ਇਹਨਾਂ ਦੀ ਤਪਸ਼ ਕਦੇ ਨਹੀਂ ਪੁੱਜਦੀ ਪਰ ਹਾਂ ਉਹਦੋਂ ਬੁੱਝਦੀ ਹੈ ਜਦੋਂ ਕਿਸੇ ਪੂਰਨ ਸੰਤ ਮਹਾਂਪੁਰਖਾਂ ਦੇ ਇਹਨਾਂ ਨੂੰ ਦਰਸ਼ਨ ਦੇਦਾਰੇ ਹੋ ਜਾਂਦੇ ਸੁੱਤੇ ਸਤ ਜਾਂ ਫਿਰ ਇਹ ਜਿਹੜੇ ਤੜਫ ਤੜਫ ਕੇ ਜਦ ਬੇਨਤੀ ਕਰਦੇ ਇਸ ਜੋਨੀ ਤੋਂ ਛਡਕਾਰਾ ਪਾਉਣ ਵਾਸਤੇ ਤਾਂ ਫਿਰ ਨਿਰੰਕਾਰ ਜਿਹੜਾ ਹੈਗਾ ਫਿਰ ਇਹਨਾਂ ਰੂਹਾਂ ਦੀ ਪੁਕਾਰ ਸੁਣਦਾ ਹੈਗਾ ਤੇ ਪੁਕਾਰ ਸੁਣ ਤੋਂ ਬਾਅਦ ਫਿਰ ਜੇਤੇ ਕਿਰਪਾ ਕਰਦਾ ਉਹਦੀ ਫਿਰ ਬੰਦ ਖਲਾਸੀ ਕਰ ਦਿੰਦਾ ਅੱਜ ਦਾਸ ਇਸ ਦੇ ਆਧਾਰ ਦੇ ਉੱਤੇ ਕਿਵੇਂ ਮੀਆਂ ਸੈਦ ਖਾਨ ਜਿਹੜਾ ਮਰ ਕੇ ਪ੍ਰੇਤ ਜੁਨੀ ਚ ਪਿਆ ਸੀਗਾ ਉਹਦਾ ਆਧਾਰ ਦਸ਼ਮੇਸ਼ ਪੀਤਾ ਮਹਾਰਾਜ ਨੇ ਜਿਹੜਾ ਸੀ ਕੀਤਾ ਸੀ ਇਸ ਘਟਨਾ ਦਾ ਜ਼ਿਕਰ 10 ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਜਦੋਂ ਦਸ਼ਮੇਸ਼ ਪੀਤਾ ਮਹਾਰਾਜ ਜੰਗਾ ਜੁੱਧਾਂ 'ਚ ਰੁੱਝੇ ਸੀਗੇ ਤੇ ਇੱਕ ਵਾਰ ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਗਰਮੀਆਂ ਦੇ ਦਿਨਾਂ ਵਿੱਚ ਮਹਾਰਾਜ ਜਿਹੜੇ ਸੀਗੇ ਇੱਕ ਇਲਾਕੇ ਵਿੱਚ ਦੀ ਗੁਜ਼ਰ ਰਹੇ ਸੀ ਜਦ ਗੁਜ਼ਰ ਰਹੇ ਸੀ ਉਸ ਟਾਈਮ ਗਰਮੀ ਬੜੀ ਜ਼ਿਆਦਾ ਸੀ ਗਰਮੀ ਜ਼ਿਆਦਾ ਸੀ ਸਿੰਘਾਂ ਨੇ ਇਛਾ ਜਾਰੀ ਕੀਤੀ ਵੀ ਕਿਤੇ ਕੋਈ ਜਗ੍ਹਾ ਹੋਵੇ ਸੁੰਦਰ ਰਮਣੀਕ ਦਰਖਤਾਂ ਦਾ ਛੜਾ ਹੋਵੇ ਜਿੱਥੇ ਠੰਡੀ ਛਾਂ ਹੋਵੇ ਹਨਾ ਉਸਥੇ ਜਿਹੜਾ ਕੁਝ ਟਾਈਮ ਰੁੱਕ ਕੇ ਤੇ ਆਪਾਂ ਆਰਾਮ ਕਰਕੇ ਫੇਰ ਅਗਲਾ ਪੈਂਡਾ ਕਰਦੇ ਆਂ ਜਾ ਦੇ ਸਿੰਘਾਂ ਦੇ ਮਾਰਚੇ ਖਿਆਲ ਸੀਗਾ ਤੇ ਦਸ਼ਮੇਸ਼ ਫਤਿਹ ਮਾਰ ਜਨੇ ਸਿੰਘਾਂ ਦੇ ਖਾਲ ਨੂੰ ਜਾਣਦੇ ਹੋਏ ਆਖੇ ਕਿ ਖਾਲਸਾ ਜੀ ਲੱਗਦਾ ਹੈ ਕਿ ਅੱਗੇ ਆਪਾਂ ਨੂੰ ਜਿਹੜੀ ਦਰਖਤਾਂ ਦਾ ਇੱਕ ਸੰਘਣਾ ਝੜਾ ਜਿਹੜਾ ਹੈਗਾ ਉਹ ਮਿਲ ਜਊਗਾ ਤੇ ਉਸ ਸੰਘਣੇ ਝੜੇ ਦੇ ਵਿੱਚ ਆਪਾਂ ਬੈਠ ਕੇ ਜਿਹੜਾ ਦੁਪਹਿਰਾ ਕੱਟ ਲਵਾਂਗੇ ਔਰ ਜਦ ਇੰਨੀ ਗੱਲ ਹੋਈ ਸੀ ਮਹਾਰਾ ਜਿਹੜੇ ਸੀ ਜਦ ਘੋੜੇ ਲੈ ਕੇ ਉੱਥੇ ਗਏ ਸੀ ਦੇਖਿਆ ਕਿ ਇੱਕ ਹਨ ਬੜਾ ਸੁੰਦਰ ਟੋਬਾ ਸੀਗਾ ਟੋਬੇ ਦੇ ਕੰਡੇ ਦੇ ਉੱਤੇ ਦਰਖਤਾਂ ਦਾ ਝੜਾ ਸੀਗਾ ਪਰ ਇਹਨਾਂ ਦਰਖਤਾਂ ਦੇ ਝੜਿਆਂ ਦੇ ਵਿੱਚੋਂ ਇੱਕ ਹਨ ਸਰੀਂ ਦਾ ਜਿਹੜਾ ਦਰਖਤ ਬੜਾ ਭਾਰਾ ਸੀਗਾ ਉੱਥੇ ਉਹਦੀ ਛਾਂ ਬੜੀ ਸੰਘਣੀ ਸੀ ਜਦ ਇੰਨੀ ਗੱਲ ਹੋਈ ਤੇ ਮਾਰੇ ਨੇ ਸਿੰਘਾਂ ਨੂੰ ਆਖਿਆ ਕਹਿੰਦੇ ਭਾਈ ਉਹ ਸਰੀਂ ਦਾ ਜਿਹੜਾ ਦਰਖਤ ਹੈ ਜਦੀ ਛਾਂ ਬੜੀ ਸੰਘਣੀ ਆ ਉਹਦੇ ਥੱਲੇ ਜਾ ਕੇ ਆਪਾਂ ਡੇਰਾ ਲਾ ਲਈਏ ਜਦ ਇੰਨੀ ਗੱਲ ਹੋਈ ਸੀ ਫਿਰ ਸਾਰਾ ਦਾ ਇਹ ਜਥਾ ਕੱਲ੍ਹ ਕੀ ਤਰ ਮਾਰੇ ਦੇ ਨਾਲ ਉਸ ਫਿਰ ਝੜੇ ਤੇ ਥੱਲੇ ਉਤਰ ਗਿਆ ਤੇ ਉੱਥੇ ਇਹਨਾਂ ਨੇ ਜਿਹੜੇ ਸੀ ਘੋੜੇ ਉਹਨਾਂ ਦਰਖਤਾਂ ਦੇ ਥੱਲੇ ਜਿਹੜੇ ਸੀ ਬੰਨ ਦਿੱਤੇ ਤੇ ਜਦ ਦੇਖਿਆ ਤੇ ਸਾਹਮਣੇ ਨਾਲ ਹੀ ਜਿਹੜਾ ਸੀਗਾ ਸਰੀਂ ਦੇ ਦਰਖਤ ਦੇ ਮੋਢੇ ਇੱਕ ਛੋਟਾ ਜਿਹਾ ਟੋਬਾ ਸੀਗਾ ਉਹ ਟੋਬੇ ਦਾ ਪਾਣੀ ਜਿਹੜਾ ਸਵੇਰ ਬੜਾ ਨਿੱਤਰਿਆ ਹੋਇਆ ਸੀ ਸਾਫ਼ ਸੀ ਤੇ ਸਿੰਘਾਂ ਦੇ ਮਨ ਚ ਆਵੇਗੀ ਚਲੋ ਤਦ ਤੱਕ ਇਹਦੇ ਵਿੱਚ ਇਸ਼ਨਾਨ ਕਰ ਲਈਏ ਇਹ ਜਾਣ ਕੇ ਫਿਰ ਸਿੰਘਾਂ ਨੇ ਜਿਹੜਾ ਸਗਾ ਦਸ਼ਮੇਸ਼ ਪੇਦਾ ਤੋਂ ਅੱਗੇ ਲੈ ਕੇ ਉਸ ਟੋਬੇ ਵਿੱਚ ਇਸ਼ਨਾਨ ਕੀਤਾ ਸੀ ਤਾਂ ਖੁਦ ਦੱਸ ਦੇ ਕਿ ਕੱਲ੍ਹ ਕੀ ਤਰ ਮਾਰੇ ਨੇ ਵੀ ਉਸ ਟੋਬੇ ਦੇ ਵਿੱਚ ਆਪ ਇਸ਼ਨਾਨ ਕੀਤਾ ਸੀ ਇਸ਼ਨਾਨ ਕਰਨ ਤੋਂ ਬਾਅਦ ਜਦ ਮਾਰਾ ਜਿਹੜੇ ਸੀ ਉਸ ਸ੍ਰੀਂਹ ਦੇ ਦਰਖਤ ਦੇ ਥੱਲੇ ਬੈਠਣ ਲੱਗੇ ਤੇ ਤਾਕੀ ਦੇਖਿਆ ਉੱਪਰੋਂ ਜਿਹੜਾ ਸੀ ਨਾ ਦਰਖਤ ਹਿੱਲਿਆ ਜਾਂ ਦਰਖਤ ਦੇ ਪੱਤੇ ਹਿੱਲੇ ਤਾਂ ਸਾਰੇ ਜਿਹੜੇ ਉਹ ਸਿੰਘਾਂ ਨੇ ਉੱਪਰ ਨੂੰ ਝਾਕ ਕੇ ਮਾਰੀ ਕੀ ਦੇਖਿਆ ਵੀ ਹਵਾ ਚੱਲਦੀ ਨਹੀਂਗੀ ਦਰਖਤ ਇੰਨਾ ਭਾਰਾ ਹੈਗਾ ਤੇ ਉੱਥੋਂ ਪੱਤੇ ਹਿੱਲ ਰਹੇ ਕੀ ਕਾਰਨ ਹੈਗਾ ਜਾਂ ਸਿੰਘਾਂ ਨੇ ਗੌਰ ਨਾਲ ਤੱਕਿਆ ਪਰ ਉਹਨਾਂ ਨੂੰ ਕੋਈ ਚੀਜ਼ ਨਜ਼ਰ ਨਹੀਂ ਆਈ ਪਰ ਉਸ ਤੋਂ ਬਾਅਦ ਸਾਰਿਆਂ ਨੇ ਕੀ ਦੇਖਿਆ ਕਿ ਜੱਕਦਮ ਜਿਹੜਾ ਸੀਗਾ ਦਸ਼ਮੇਸ਼ ਪਿਤਾ ਦੇ ਮੂਰੇ ਜਿਹੜਾ ਸੀਗਾ ਇਸ ਤਰ੍ਹਾਂ ਦਾ ਖੜਕਾ ਹੋਇਆ ਜਿਵੇਂ ਕਿਸੇ ਨੇ ਉਸ ਦਰਖਤ ਤੋਂ ਥੱਲੇ ਛਾਲ ਮਾਰ ਦਿੱਤੀ ਹੋਵੇ ਜਾਂ ਤੇ ਛਾਲ ਮਾਰੀ ਤਾਂ ਕੀ ਹੋਇਆ ਦਸਵੇਂ ਸ਼ਹੀਦ ਮਹਾਰਾਜ ਨੇ ਜਿਹੜੀ ਸੀ ਨਜ਼ਰ ਉੱਪਰ ਕੀਤੀ ਤਾਂ ਉਹ ਜਿਹੜਾ ਸਪ੍ਰੇਤ ਦਸਵੇਂ ਪਾਸ਼ਾ ਦੇ ਮਹਰੇ ਹੱਥ ਜੋੜ ਕੇ ਖੜਾ ਸੀ ਜਦੋਂ ਪ੍ਰੇਤ ਮਹਾਰਾਜ ਦੇ ਹੱਥ ਜੁੜ ਕੇ ਖੜਾ ਸੀ ਮਹਾਰਾਜ ਨੇ ਉਸ ਪ੍ਰੇਤ ਵੱਲ ਨਜ਼ਰ ਟਿਕਾਉਂਦਿਆਂ ਆਖਿਆ ਕਿੰਦੇ ਹਾਂ ਮੀਆਂ ਹੁਸੈਨ ਖਾਂ ਦੱਸ ਤੇਰਾ ਕੀ ਹਾਲ ਹੈ ਜਦ ਉਸ ਪ੍ਰੇਤ ਦਾ ਨਾਮ ਮੀਆਂ ਸੈਨ ਖਾਂ ਕੱਲ ਕੀ ਤਰ ਮਹਰੇ ਨੇ ਲਿਆ ਸੀਗਾ ਤਾਂ ਫਿਰ ਉਹ ਮੀਆਂ ਸੈਨ ਖਾਂ ਜਿਹੜਾ ਸੀ ਆਪਣਾ ਨਾਂ ਸੁਣ ਕੇ 당 ਰਹਿ ਗਿਆ ਤਬ ਉਸਫੇ ਨੂੰ ਪਤਾ ਲੱਗਿਆ ਕਿ ਇਹ ਤਾਂ ਆਪ ਰੱਬ ਹੀ ਬਤਾ ਰਿਹਾ ਕਿਉਂਕਿ ਮਹਾਰਾਜ ਦੇ ਚਿਹਰੇ ਤੋਂ ਹੀ ਮੀਆਂ ਸੈਨਖਾਂ ਪ੍ਰੇਤ ਨੇ ਜਿਹੜਾ ਸਗਾ ਇਹ ਜਾਣ ਲਿਆ ਸਗਾ ਕਿ ਦਸ਼ਮੇਸ਼ ਪ੍ਰਤਾਪ ਮਹਾਰਾਜ ਦਾ ਜਿਹੜਾ ਚਿਹਰਾ ਹੈਗਾ ਇਹ ਰੱਬ ਦਾ ਸ਼ੀਸ਼ਾ ਹੈਗਾ ਤੇ ਇਹਦੇ ਵਿੱਚੋਂ ਅੱਲਾ ਦੇ ਦਰਸ਼ਨ ਹੁੰਦੇ ਆ ਉਸ ਤੋਂ ਬਾਅਦ ਫਿਰ ਉਹ ਮੀਆਂ ਸੈਨਖਾਂ ਪ੍ਰੇਤ ਮਹਾਰਾਜ ਦੇ ਜਿਹੜੇ ਸੀ ਉਹ ਚਰਨਾਂ ਦੇ ਉੱਤੇ ਟੈਪਿਆ ਸਗਾ ਜਦ ਟੈਪਿਆ ਸੀ ਤਾਂ ਉਸ ਨੇ ਫਿਰ ਜਿਹੜੀ ਇਹ ਬੇਨਤੀ ਕੀਤੀ ਕਿ ਅੱਜ ਮੇਰੇ ਸਭ ਤੋਂ ਵੱਡੇ ਭਾਗ ਹੈਗੇ ਆ ਕਿ ਮੈਂ ਕਈਆਂ ਸਾਲਾਂ ਤੋਂ ਉਹ ਆਪ ਦਾ ਇੰਤਜ਼ਾਰ ਕਰਦਾ ਹੈਗਾ ਤੇ ਮੈਨੂੰ ਲੱਗਦਾ ਹੈਗਾ ਕਿ ਜਿਹੜੀ ਜੂਨ ਮੈਨੂੰ ਪ੍ਰਾਪਤ ਹੋਈ ਆ ਇਸ ਜੂਨ ਤੋਂ ਮੇਰੀ ਹੁਣ ਬੰਦ ਖਲਾਸੀ ਜ਼ਰੂਰ ਹੋ ਜਾਊਗੀ ਜਦ ਐਨੀ ਗੱਲ ਹੋਈ ਤੇ ਫਿਰ ਦਸ਼ਮੇਸ਼ ਪitam ਮਹਾਰਾ ਜਿਹੜੇ ਸਿੰਘ ਸੀਗੇ ਉਹਨਾਂ ਨੇ ਵੀ ਜਾ ਤੇ ਇਸ ਪ੍ਰੇਤ ਨੂੰ ਪ੍ਰਤੱਖ ਤੌਰ ਤੇ ਦੇਖਿਆ ਸੀ ਤੇ ਫਿਰ ਸਿੰਘਾਂ ਨੇ ਉਹਨ ਪ੍ਰਸ਼ਨ ਕੀਤਾ ਸੀਗਾ ਕਿ हे ਪ੍ਰੇਤ ਮੀਆ ਸੈਨਖਾਂ ਤੂੰ ਮੈਨੂੰ ਇਹ ਸਾਨੂੰ ਇਹ ਦੱਸ ਕਿ ਤੂੰ ਇਸ ਤੈਨੂੰ ਇਹ ਪ੍ਰੇਤ ਜਨੂੰ ਕਿਵੇਂ ਪ੍ਰਾਪਤ ਹੋਈ ਆ ਜਦ ਐਨੀ ਗੱਲ ਹੋਈ ਇਸ ਤੇ ਮੀਆ ਸੈਨਖਾਂ ਨੇ ਆਖਿਆ ਸੀਗਾ ਕਿ ਜਦੋਂ ਮੈਂ ਮਨੁੱਖਾ ਦੇਹੀ ਚ ਸੀਗਾ ਕੋਈ ਚੰਗਾ ਕੰਮ ਮੈਥੋਂ ਨਹੀਂ ਹੋਇਆ ਸਾਰੇ ਕੰਮ ਜ्यादा ਮੈਂ ਮਲੀ ਨਹੀਂ ਕਰਦੇ ਰਹੇ ਨੀਚ ਕਰਮ ਕਰਨ ਦੇ ਨਾਲ ਫਿਰ ਮੈਨੂੰ ਇਹ ਜਿਹੜੀ ਪ੍ਰੇਤ ਜੋਨ ਆ ਇਹ ਪ੍ਰਾਪਤ ਹੋ ਗਈ ਆ ਜਦ ਇੰਨੀ ਗੱਲ ਹੋਈ ਸੀ ਫਿਰ ਦਸ਼ਮੇਸ਼ ਪਿਤਾ ਮਰੇ ਨੇ ਆਖਿਆ ਸੀਗਾ ਕਿ ਕੋਈ ਇੱਕ ਚੰਗਾ ਕੰਮ ਜਿਹੜਾ ਹੈ ਇੰਨੇ ਜ਼ਿੰਦਗੀ ਚ ਕੀਤਾ ਹੈਗਾ ਉਹ ਕੰਮ ਜਿਹੜਾ ਹੈਗਾ ਚਾਹੇ ਕਿਸੇ ਸਾਧੂ ਨੂੰ ਇੰਨੇ ਜ਼ਿੰਦਗੀ ਦੇ ਵਿੱਚ ਜਾਲ ਛਕਾਤਾ ਕਿਸੇ ਵੀ ਤਰੀਕੇ ਦੇ ਨਾਲ ਇਹਦਾ ਕੋਈ ਪਿਛਲਾ ਪੁੰਨ ਕਰਮ ਜਿਹੜਾ ਜਾਗ ਪਿਆ ਜਿਸ ਕਰਕੇ ਇਹਨੂੰ ਸਾਡੇ ਇਸ ਸਮੇ ਸਾਡੇ ਸਰੀਰ ਦੇ ਪ੍ਰਤੱਖ ਦਰਸ਼ਨ ਹੋਏ ਜਦ ਇੰਨੀ ਗੱਲ ਹੋਈ ਆ ਤਾਂ ਫਿਰ ਹਸੈਨ ਖਾਨ ਨੇ ਜਿਹੜਾ ਸੀ ਦਸ਼ਮੇਸ਼ ਪਤਨ ਨੂੰ ਆਖਿਆ ਸੀ ਕਿ ਮਹਾਰਾਜ ਆਪ ਦੀ ਗੱਲ ਕੋਲ ਗੱਲ ਬਿਲਕੁਲ درست ਹੈਗੀ ਆ ਕਿ ਹੋ ਸਕਦਾ ਹੈਗਾ ਕਿ ਮੈਨੂੰ ਯਾਦ ਨਹੀਂ ਕਿ ਮੈਂ ਕੋਈ ਚੰਗਾ ਕੰਮ ਕੀਤਾ ਹੈਗਾ ਪਰ ਆਪ ਦੇ ਦਰਸ਼ਨ ਜਿਹੜੇ ਇਸ ਗੱਲ ਦਾ ਸਬੂਤ ਹੈਗੇ ਕੋਈ ਐਸਾ ਕਰਮ ਜਿਹੜਾ ਮੇਰਾ ਪੁੰਨ ਕਰਮ ਜਾ ਕੇ ਪਿਆਗਾ ਕਿ ਮੈਨੂੰ ਆਪ ਜੀ ਦੇ ਦਰਸ਼ਨ ਹੋ ਗਿਆ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਸਿੰਘਾਂ ਨੇ ਆਖਿਆ ਸਗਾ ਕਿ ਹਾਂ ਪ੍ਰੇਤ ਹਸੈਨ ਖਾਨ ਸਾਨੂੰ ਇਹ ਦੱਸ ਕਿ ਤੂੰ ਹੁਣ ਚਾਹੁੰਦਾ ਕੀ ਹੈ ਜਦ ਇੰਨੀ ਗੱਲ ਹੋਈ ਉਸਨੇ ਬੇਨਤੀ ਕੀਤੀ ਸੀ ਕਿ ਬਹੁਤ ਬਰਸ ਹੋ ਗਏ ਮੈਨੂੰ ਇਸ ਪ੍ਰੇਮ ਦੀ ਜੂਨੀ ਦੇ ਭਟਕਣਾ ਦੇ ਵਿੱਚ ਘੁੰਮਦਿਆਂ ਘੁੰਮਦਿਆਂ ਤੇ ਮੈਨੂੰ ਸ਼ਾਂਤੀ ਨਸੀਬ ਨਹੀਂ ਹੋਈ ਹੈ ਤੇ ਮੇਰਾ ਜਿਹੜਾ ਜੀਵਨ ਹੈਗਾ ਬਹੁਤ ਹੀ ਕਸ਼ਟਮਈ ਮੇਰਾ ਜੀਵਨ ਹੈ ਕਿਉਂਕਿ ਗਰਵਾਨੀ ਆਖਿਆ ਕਿ ਪ੍ਰੇਤ ਪੰਜਰ ਵਿੱਚ ਦੁੱਖ ਹਨੇਰੇ ਬਹੁਤ ਜ਼ਿਆਦਾ ਮੈਂ ਦੁੱਖਾਂ ਦੇ ਵਿੱਚ ਲੰਘ ਰਿਹਾ ਹੈਗਾ ਤੇ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਮੇਰੀ ਬੰਦ ਖਲਾਸੀ ਕਰ ਦਿਓ ਤੇ ਮੇਰੀ ਸੱਧ ਗਤੀ ਹੋ ਜਾਵੇ ਯਾਦ ਇਹਨੇ ਗੱਲ ਹੋਈ ਸੀ ਤੇ ਫਿਰ ਮਹਾਰਾਜ ਨੇ ਆਖਿਆ ਸੀ ਕਿ ਆਪੇ ਭਾਈ ਤੇਰੀ ਸੰਤਗਿ ਦੀ ਵਾਸਤੇ ਹੀ ਤਾਂ ਅਸੀਂ ਇੱਥੇ ਆਏ ਹਾਂ ਉਸ ਤੋਂ ਬਾਅਦ ਫਿਰ ਮਹਾਰੇ ਨੇ ਆਖਿਆ ਸੀ ਕਿ ਠੀਕ ਆ ਇੱਕ ਦੋ ਦਿਨਾਂ ਬਾਅਦ ਜਿਹੜੀ ਹੈ ਨਾ ਤੈਨੂੰ ਉਹ ਲੋਕ ਪ੍ਰਾਪਤ ਹੋ ਜਾਊਗਾ ਜਿਸ ਲੋਕ ਦੀ ਚਾਹਨਾ ਜਿਹੜੀ ਆ ਉਹ ਹਰੇਕ ਨੂੰ ਹੁੰਦੀ ਆ ਤੇ ਤੇਰੀ ਪ੍ਰੇਤ ਜਉਣ ਤੋਂ ਜਿਹੜੀ ਬੰਦ ਖਲਾਸੀ ਹੋ ਜਾਊਗੀ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਪ੍ਰੇਤ ਹਸੈਨ ਖਾਂ ਜਿਹੜਾ ਸੀ ਉਹ ਬਹੁਤ ਖੁਸ਼ ਹੋਇਆ ਸਗਾ ਉਹਨੇ ਫੇ ਮਰਦ ਨੂੰ ਡੰਡੋਤ ਬੰਦਨਾ ਕੀਤੀ ਸੀ ਡੰਡੋਤ ਬੰਦਨਾ ਕਰਦੇ ਸਾਰੇ ਤੇ ਸਾਰੇ ਨੇ ਕੀ ਦੇਖਿਆ ਕਿ ਉਸੇ ਟਾਈਮ ਇੱਕ ਵਿਮਾਨ ਜਿਹੜਾ ਸੀ ਦਿਵ ਵਿਮਾਨ ਜਿਹੜਾ ਸੀ ਪ੍ਰਗਟ ਹੋ ਗਿਆ ਜਦ ਵਿਮਾਨ ਪ੍ਰਗਟ ਹੋ ਗਿਆ ਉਹ ਜਿਹੜੀ ਪ੍ਰੇਤ ਜੂਨ ਸੀ ਮੀਆਂ ਸੈਨ ਖਾਨ ਦੀ ਉਹ ਪ੍ਰੇਤ ਜੂਨ ਜਿਹੜੀ ਸੀਗੀ ਇੱਕ ਦੇਵਪੁਰਸ਼ ਦੇ ਰੂਪ ਦੇ ਵਿੱਚ ਬਦਲ ਗਈ ਤੇ ਉੱਥੋਂ ਫਿਰ ਉਹ ਜਿਹੜਾ ਮੀਆਂ ਸੈਨ ਖਾਨ ਸੀਗਾ ਫਿਰ ਇਸ ਸਪ੍ਰੇਤ ਜੋਨੀ ਦੀ ਸਦਗਤੀ ਤੋਂ ਮੁਕਤੀ ਪ੍ਰਾਪਤ ਕਰਦਾ ਹੋਇਆ ਜਿਹੜਾ ਸੀਗਾ ਫਿਰ ਇੱਕ ਚੰਗੇ ਲੋਕ ਦੇ ਵਿੱਚ ਚਲੇ ਗਿਆ ਸੀਗਾ ਇਸ ਤਰ੍ਹਾਂ ਮਰਦ ਨੇ ਜਿਹੜੀ ਸੀਗੀ ਇਹ ਸਪ੍ਰੇਤ ਮੀਆਂ ਸੈਨਖੰਦ ਦੀ ਬੰਦਖਲਾਸੀ ਕੀਤੀ ਸੀ ਸੋ ਕਹਿਣ ਤੋਂ ਭਾਵੇਂ ਆ ਕਿ ਜਿਨ੍ਹਾਂ ਨੇ ਵੀ ਕਿਸੇ ਸੰਤ ਪੂਰਨ ਮਹਾਪੁਰਖਾਂ ਦੇ ਦਰਸ਼ਨ ਕੀਤੇ ਆ ਜਾਂ ਪਰਮੇਸ਼ਰ ਕੋਈ ਕਾਰਨ ਬਣਾ ਦਿੰਦਾ ਹੈਗਾ ਤੇ ਜਿਹੜੀਆਂ ਇਸ ਤਰ੍ਹਾਂ ਰੂਹਾਂ ਜਿਹੜੀਆਂ ਪਟਕਦੀਆਂ ਹੈਗੀਆਂ ਪ੍ਰੇਤ ਜੋਨੀ ਦੇ ਵਿੱਚ ਇਹਨਾਂ ਦੀ ਬੰਧ ਖਲਸੀ ਨਹੀਂ ਹੁੰਦੀ ਤੇ ਉਹਨਾਂ ਦੇ ਉੱਤੇ ਫਿਰ ਜਿਹੜੇ ਮਹਾਪੁਰਖ ਦਿਆਲੂ ਹੁੰਦੇ ਆ ਤੇ ਉਹ ਆਪਣੀ ਫਿਰ ਦਿਆਲਤਾ ਦਾ ਸਬੂਤ ਦੇ ਕੇ ਇਹੋ ਜਿਹੀਆਂ ਜਿਹੜੀਆਂ ਭਿਆਨਕ ਜੋਨੀ ਵਿੱਚ ਫਸੀਆਂ ਕਈਆਂ ਸਦੀਆਂ ਤੋਂ ਰੂਹਾਂ ਹੁੰਦੀਆਂ ਇਨਾਂ ਦੀ ਫਿਰ ਜਿਹੜੀ ਆ ਉਹ ਬੰਦ ਖੱਲਾ ਸੀ ਆਪਣੀ ਕਿਰਪਾ ਦੀ ਨਜ਼ਰ ਦੇ ਨਾਲ ਕਰ ਦਿੰਦੇ ਆ ਕਿਉਂਕਿ ਮਹਾਂਪੁਰਖਾਂ ਦਾ ਸੁਭਾਅ ਜਿਹੜਾ ਹਮੇਸ਼ਾ ਹੀ ਪਰਵਪਕਾਰੀ ਹੁੰਦਾ ਹੈ ਇਸੇ ਕਰਕੇ ਗਰਬਾਣੀ ਨੇ ਅਖੇਗੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲੈਨ ਹਰਸੋ ਲੈਣ ਮੁਲਾਏ ਸੋ ਦਸ ਇਨਹੀ ਬਚਨ ਆਪ ਸਾਰਿਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਜਕਵਾਜੀ ਹੋਈਆ ਬੇਨਤ ਭੁੱਲ ਚੁੱਕਾਂ ਦੀ ਖਿਮਾ ਬਖਸ਼ਨੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ